अस्सलाम वालेकुम जी, मैं हाँ तुहाडा अपना होस्ट बाबा जी और आज मैं पहुंचा मैं इत्थे तारीखी मुकाम हजरो नॉर्थ वेस्ट पंजाब दे लास्ट एरिया जिहड़े ने जिन्हां दे मुतलक छछ नामा दे विच वी जिक्र आंदा छछ नामा ढूंढ रहा लेकिन छछ नामा मैनूं मिलिया नहीं छछ विच आके भी छछ नामा नहीं मिल रहा कैसी गल है तारीखे हजरो दे विच बहुत ज़्यादा सारे बाब ऐसे ने या चैप्टर ऐसे ने जिन्हां दे मुतलक शायद बहुत घट लोग जानते होंगे क्योंकि इत्थे ज़्यादा जिहड़ी कम्यूनिटी वसदी सी वो वैसे तो मुस्लिम सी इन्हां दे विच बहुत ज़्यादा सारे लोग जिहड़े सन इत्थे हिंदू और सिख भी मौजूद सन लेकिन इत्थे खालसा पंथ की आबादी घट सी। मैं फुटस्टैप्स लभन वास्ते आया भाई कन्हैया जी दे 1705 पैदा होंदे ने कित्थे सौदरे दे विच उन्हां दी दुनिया की पहली धर्मशाला कित्थे बनांदे ने सेवा पंथियां यानी कि अज दुनिया के जिथे भी सेवा पंथी बैठे हुए ने उन्होंने भाई कन्हैया जी की मान होना चाहिए कि उन्होंने धर्मशाल बिल्कुल मैं लागे ही पहुँचे वहाँ बहुत जल्द तुम्हें उन्होंने धर्मशाल से लैके जावगा जी बिल्कुल सेवा पंथियों के बानी आ जिन्होंने सेवा पंथ जिन्होंने आजाद किया खालसा पंथ के अंदर गुरु तेग बहादुर जी के कहण के उत्ते उन्होंने हथों ही इन्होंने सिखी की पाल ली सी और उन्होंने हथों ही गुरसिख बने सन और उन्होंने जड़ा जो तस्करा है वो बार हाँ अगर तुसी इनसाइक्लोपीडिया सिख इनसाइक्लोपीडिया चुको वर्ल्ड इनसाइक्लोपीडिया चुको और च दुनिया के 15 वड्डे जर्नल्स जड़े ने वो तारीफ करते हैं किदी इस जगह की कि जिथे इन्हों की ना कहो सेवा पंथियों का डेरा सी। तो मैनू बड़ा मैनू माण हो रहा है कि मैनू मेरी यह ड्यूटी लगी सी कि तुसी सेवा पंथियों के मतलब थोड़ी जी इनफॉर्मेशन इकट्ठी करके दियो ते आज मैं भाई कन्हैया जी जिहड़े ने जिन्हां दी ड्यूटी मैं दस्या कि गुरु तेग बहादुर वालों और गुरु गोबिंद सिंह जी वालों जिहड़ी सी ओह लगी सी ड्यूटी इन्हां दी और इन्हां ने इन्ना कुछ कीता कि दुनिया दी तारीख दे विच जदों लड़ाइयां हुंदियां ने जदों जंगां हुंदियां ने तो दुश्मन नूं सिर्फ मार देण दे उत्ते जोर हुंदा है। वाहिद ओट इरा सी औरंगजेब आलमगीर दे दौर दे विच ਇਹ ਵਾਲਾ ਇੱਕ ਨਵਾਂ ਕਾਰਨਾਮਾ ਹੋਇਆ ਸੀ ਕਿ ਦੁਸ਼ਮਣ ਨੂੰ ਜਦੋਂ ਮਾਰਿਆ ਜਾਂਦਾ ਸੀ ਤਾਂ ਦੁਸ਼ਮਣ ਦੇ ਜ਼ਖਮੀ ਜਿਹੜੇ ਬੰਦੇ ਪਏ ਹੁੰਦੇ ਸਨ ਉਹਨਾਂ ਦੇ ਮੂੰਹ ਦੇ ਵਿੱਚ ਮਾਸ਼ਕੀ ਦਾ ਕੰਮ ਕਰਦੇ ਹੋਏ ਮੂੰਹ 'ਚ ਪਾਣੀ ਪਾਉਣ ਵਾਲਾ ਜਿਹੜਾ ਭਾਈ ਸੀ ਭਾਈ ਕਨ੍ਹੱਈਆ ਸੀ। ਠੀਕ ਹੈ ਜੀ, ਅੱਜ ਦੁਨੀਆ ਦੇ ਜਿਹੜਾ ਵੀ ਗੁਰੂ ਘਰ ਹੈ ਅਮਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਕੈਨੇਡਾ ਦੇ ਵਿੱਚ, ਜਿੱਥੇ ਜਿੱਥੇ ਮੈਂ ਗਿਆ ਵਾਂ ਉੱਥੇ ਭਾਈ ਕਨ੍ਹੱਈਆ ਜੀ ਮਸ਼ਕ ਭਰ ਕੇ ਅਤੇ ਸੇਵਾ ਕਰਦੇ ਨਜ਼ਰ ਆ ਰਹੇ ਨੇ। ਉਹ ਜਗ੍ਹਾ ਨੂੰ ਲੱਭਦੇ ਹੋਏ ਮੈਂ ਪਹੁੰਚਿਆ ਵਾਂ ਅੱਜ ਹਜ਼ਰੋ ਔਰ ਛੱਛ ਦੇ ਵਿੱਚ। ਬਹੁਤ ਜਲਦ ਮੈਂ ਉਸ ਜਗ੍ਹਾ 'ਤੇ ਵੀ ਪਹੁੰਚਾਂਗਾ, ਉਹ ਜਗ੍ਹਾ ਵੀ ਦਿਖਾਵਾਂਗਾ। ਫਿਲਹਾਲ ਤੁਹਾਨੂੰ ਪੂਰਾ ਬਾਜ਼ਾਰ, ਪੂਰੀ ਗਲੀ, ਪੂਰੀ ਬਸਤੀ ਫਿਰਨ ਤੋਂ ਬਾਅਦ ਮੈਨੂੰ ਜਿਹੜਾ ਪੂਰਾ ਮੱਲਾ ਬਾਜ਼ਾਰ, ਗਲੀ, ਸ਼ਹਿਰ ਅੰਦਰੂਨ ਫਿਰ ਫਿਰ ਕੇ ਮੈਂ ਥੱਕ ਗਿਆ ਵਾਂ। ਸਭ ਕਹਿ ਰਹੇ ਸਨ ਕਿ ਇੱਥੇ ਤੁਹਾਨੂੰ ਸਿੱਖ ਪੰਥ ਦੇ ਨਾਮ ਦੀ ਕੋਈ ਚੀਜ਼ ਨਹੀਂ ਮਿਲੇਗੀ। ਸਭ ਇਹ ਵੀ ਜਾਣਦੇ ਨੇ ਕਿ ਜਦੋਂ ਮੈਂ ਕੋਈ ਮਿਸ਼ਨ ਲੈ ਕੇ ਨਿਕਲਦਾ ਵਾਂ ਤਾਂ ਮੈਂ ਪ੍ਰਾਇਮਰੀ ਸੋਰਸ ਲੱਭਿਓ ਬਗੈਰ ਵਾਪਸ ਨਹੀਂ ਆਉਂਦਾ ਔਰ ਐਗਜੈਕਟ ਮੈਂ ਅੱਜ ਇੱਕ ਜਗ੍ਹਾ ਦੇ ਉੱਤੇ ਪਹੁੰਚ ਗਿਆ ਵਾਂ ਕਿ ਜਿੱਥੇ ਖਾਲਸਾ ਪੰਥ ਦਾ ਘਰ ਵੀ ਹੈ, ਗੁਰੂ ਖੰਡਾ ਵੀ ਲੱਗਾ। ਠੀਕ ਹੈ ਜੀ, ਇੱਕ ਓਨਕਾਰ ਦਾ ਪ੍ਰਚਾਰ ਵੀ ਕੀਤਾ ਗਲੀ ਦੇ ਅੰਦਰ ਬਹੁਤ ਵੱਡਾ। ਅੱਜ ਵੀ ਜਿਹੜੇ ਲੋਕ ਵੱਸ ਰਹੇ ਨੇ ਮੈਂ ਉਹਨਾਂ ਦਾ ਸ਼ੁਕਰ ਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਇੱਕ ਓਨਕਾਰ ਜਿਹਦਾ ਮਤਲਬ ਗੋਡ ਇਜ਼ ਵਨ, ਅੱਲਾਹ ਅਕਬਰ ਜਾਂ ਅੱਲਾ ਇੱਕ ਹੈ, ਉਹ ਸਾਰੇ ਮੀਨਿੰਗਸ ਉਹਦੇ ਵਿੱਚ ਇਕੱਠੇ ਹੁੰਦੇ ਨੇ, ਉਹ ਲਫ਼ਜ਼ ਜਿਹੜਾ ਉਹ ਮਿਟਾਇਆ ਨਹੀਂ ਗਿਆ। ਅਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਉਹ ਕਿਹੜੀ ਜਗ੍ਹਾ ਔਰ ਜਿਹੜਾ ਘਰ ਹੈ ਅੱਜ ਵੀ ਬੜੀ ਅੱਛੀ ਹਾਲਤ ਦੇ ਵਿੱਚ ਜਿਹੜਾ ਉਹ ਇੱਥੇ ਮੌਜੂਦ ਹੈ। ਕਿਆ ਕਰ ਰਹੇ ਇਹ ਜੀ ਉਹ ਬਿਲਡਿੰਗ? ਠੀਕ ਹੈ ਜੀ, ਔਰ ਖੂਬਸੂਰਤੀ ਤੁਸੀਂ ਦੇਖ ਸਕਦੇ ਹੋ, ਪਿਓਰਲੀ ਆਰਕੀਟੈਕਚਰ ਜਿਹੜਾ ਪ੍ਰੀ ਪਾਰਟੀਸ਼ਨ ਦੇ ਵਿੱਚ ਜਿਹੜੇ ਖਾਲਸਾ ਘਰ ਸਨ ਪੁਰਾਣੇ ਸੇਮ ਉਹੀ ਹੈ। ਠੀਕ ਹੈ ਜੀ, ਹੁਣ ਆ ਜਾਂਦੀ ਹੈ ਵਾਰੀ ਆਈਡੈਂਟੀਫਿਕੇਸ਼ਨ ਦੀ, ਹਾਓ ਟੂ ਆਈਡੈਂਟੀਫਾਈ ਦਾ ਸਾਈਨ ਕੋ ਸਾਇੰਸ ਜਿਹੜੇ ਨੇ ਕਿਹੜੇ ਧਰਮ ਨਾਲ ਜਾ ਕੇ ਮਿਲਦੇ ਨੇ। ਇਹ ਕਾਰ ਦਾ ਡਰਾਇੰਗ ਰੂਮ ਹੈ। ਠੀਕ ਹੈ ਜੀ, ਠੀਕ ਹੈ ਜੀ, ਮੇਰਾ ਖਿਆਲ ਹੈ ਕਿ ਇਸ ਤੋਂ ਜ਼ਿਆਦਾ ਆਈਡੈਂਟੀਫਿਕੇਸ਼ਨ ਹੋਰ ਕੀ ਹੋ ਸਕਦੀ ਹੈ ਕਿਸੇ ਵੀ ਗੁਰੂ ਸਿੱਖ ਦੇ ਘਰ ਦੀ। ਆ ਪਲੀਜ਼ ਮੈਨੂੰ ਜਿਹੜਾ ਉੱਤੇ ਨਾਮ ਲਿਖਿਆ ਹੋਇਆ ਥੱਲੇ ਘਰ ਵਾਲਿਆਂ ਦਾ, ਆ ਪਲੀਜ਼ ਉਹਦੀ ਡਿਟੇਲ ਚਾਹੀਦੀ ਹੈ ਕਿ ਇਹ ਘਰ ਜਿਹੜਾ ਸੀ ਬਣਵਾਉਣ ਵਾਲਾ ਕੌਣ ਸੀ ਜੀ। ਥੈਂਕਸ ਆਲ ਆਫ ਯੂ। ਵੀਰ ਜੀ, ਆਈ ਕਾਂਟ ਬੀ ਗਿਵ ਆਨਸਰ ਔਨਲਾਈਨ, ਪਲੀਜ਼ ਵਾਚ ਦਾ ਮਾਈ ਰਿਸਰਚ ਓਨਲੀ। ਇੱਕ ਆਨਕਾਰ ਤੋਂ ਥੱਲੇ ਮੈਨੂੰ ਦੱਸੋ ਕਿ ਪਲੀਜ਼ ਘਰ ਜਿਹੜਾ
ਉਹ ਜਿਹੜੇ ਵੀਰ ਨੇ ਜਿਨ੍ਹਾਂ ਦਾ ਨਾਮ ਲਿਖਿਆ ਹੋਇਆ ਉਹਨਾਂ ਦਾ ਨਾਮ ਦੱਸੋ ਪਲੀਜ਼ ਜ਼ਰਾ, ਤਾਂ ਕਿ ਮੈਂ ਵੀਡੀਓ ਦੇ ਵਿੱਚ ਹੀ ਬੋਲ ਦੇਵਾਂ। ਇੱਕ ਓਨਕਾਰ ਦੇ ਥੱਲੇ ਬਾਈ ਜੀ ਪਲੀਜ਼ ਵਾਟ ਆਈ ਐਮ ਸੇਇੰਗ ਟ੍ਰਾਈ ਟੂ ਅੰਡਰਸਟੈਂਡ, ਡੋਂਟ ਬੀ ਬਸ ਜਸਟ ਰਾਈਟ ਡਾਊਨ ਆ ਅਕਾਲ ਭਵਨ ਲਿਖਿਆ, ਦੈਟਸ ਵੈਰੀ ਗ੍ਰੇਟ, ਯਾਨੀ ਕਿ ਰੱਬ ਦਾ ਘਰ, ਵਾਓ ਇਹ ਤਾਂ ਬਹੁਤ ਜ਼ਬਰਦਸਤ ਹੈ ਜੀ। ਅਕਾਲ ਭਵਨ ਉੱਤੇ ਇੱਕ ਓਨਕਾਰ, ਦੋਵਾਂ ਪਾਸੇ ਗੁਰੂ ਖੰਡੇ ਔਰ ਥੱਲੇ ਲਿਖਿਆ ਹੋਇਆ ਅਕਾਲ ਭਵਨ, ਦੈਟਸ ਵੈਰੀ ਗ੍ਰੇਟ ਜੀ, ਬਹੁਤ ਸ਼ੁਕਰੀਆ ਜੀ। ਮੈਨੂੰ ਪਲੀਜ਼, ਮੈਂ ਅੱਜ ਕੋਸ਼ਿਸ਼ ਕਰਾਂਗਾ ਔਰ ਮੇਰਾ ਪੂਰਾ ਧਿਆਨ ਕਰਕੇ ਘਰੋਂ ਮੈਂ ਨਿਕਲਿਆ ਵਾਂ ਕਿ ਮੈਂ ਜਾਵਾਂਗਾ ਔਰ ਭਾਈ ਕਨਈਆ ਜੀ ਦੀ ਜਿਹੜੀ ਧਰਮਸ਼ਾਲਾ ਹੈ ਦੁਨੀਆ ਦੀ ਸੇਵਾ ਪੰਥੀਆਂ ਦੀ, ਜਿਹੜੀ ਕਿ ਅੱਜ ਦੁਨੀਆ ਦੇ ਵਿੱਚ ਸਭ ਤੋਂ ਵੱਡੇ ਵੱਡੇ ਡੇਰੇ ਬਣੇ ਹੋਏ ਨੇ ਸੇਵਾ ਪੰਥੀਆਂ ਦੇ, ਅੱਜ ਉਹਨਾਂ ਨੂੰ ਮੈਂ ਦੱਸਾਂ ਤਾਂ ਸਹੀ ਕਿ ਉਹਨਾਂ ਦਾ ਸ਼ੁਰੂਆਤ ਕਿੱਥੋਂ ਹੋਇਆ ਸੀ, ਉਹਨਾਂ ਦੀ ਇਬਤਦਾ ਕਿੱਥੋਂ ਹੋਈ ਸੀ, ਉਸ ਜਗ੍ਹਾ 'ਤੇ ਲੈ ਕੇ ਜਾਣਾ। ਬਸ ਮੈਂ ਨੇੜੇ ਹੀ ਪਹੁੰਚਿਆ ਹੋਇਆ ਵਾਂ। ਬਹੁਤ ਸ਼ੁਕਰੀਆ ਜੀ, ਥੈਂਕਸ ਆਲ ਆਫ ਯੂ। ਬਸ ਅੱਗੇ ਬਿਲਡਿੰਗ ਦਾ ਤੁਸੀਂ ਆਰਕੀਟੈਕਚਰ ਦੇਖੋ, ਠੀਕ ਹੈ ਜੀ। ਅਕਾਲ ਭਵਨ ਇਹਦਾ ਨਾਮ ਹੈ, ਅਕਾਲ ਭਵਨ ਮੀਨ ਕਿ ਰੱਬ ਦਾ ਘਰ, ਦੈਟਸ ਗ੍ਰੇਟ, ਬਹੁਤ ਅੱਛਾ ਲੱਗਾ ਜਾਣ ਕੇ, ਕਿਉਂਕਿ ਸਾਰੇ ਲੋਕ ਕਹਿ ਰਹੇ ਆ ਇੱਥੇ ਹਿੰਦੀ, ਕਿਉਂਕਿ ਮੈਨੂੰ ਤਾਂ ਪਤਾ ਸੀ ਕਿ ਇਟਸ ਨੋਟ ਹਿੰਦੀ, ਇਟਸ ਅ ਗੁਰਮੁਖੀ, ਦੈਟਸ ਪੰਜਾਬੀ, ਠੀਕ ਹੈ ਜੀ। ਪਿਓਰਲੀ ਆਰਕੀਟੈਕਚਰ ਜਿਹੜਾ ਕਿ ਸਬਕੋਂਟੀਨੈਂਟ ਦੇ ਵਿੱਚ, ਖਾਸ ਕਰਕੇ ਰਾਵਲਪਿੰਡੀ, ਅਟਕ, ਹਸਨ ਅਬਦਾਲ ਔਰ ਇਸ ਏਰੀਆ ਦੇ ਵਿੱਚ, ਜਾਂ ਕਹਿ ਲਓ ਨੌਰਥ ਵੈਸਟ ਵਿੱਚ ਜਿਹੜਾ ਜ਼ਿਆਦਾ ਆਰਕੀਟੈਕਚਰ ਯੂਜ਼ ਹੁੰਦਾ, ਸੇਮ ਉਹੀ ਹੈ ਜੀ। ਹੈਲੋ, ਹਾਏ ਐਂਡ ਅਸਲਾਮੁ ਅਲੈਕੁਮ ਟੂ ਆਲ ਆਫ ਯੂ। ਬਸ ਜੀ, ਇਹ ਤੁਸੀਂ ਦੇਖੋ ਕਿੰਨਾ ਖੂਬਸੂਰਤ, ਉਹੀ ਇੱਕ ਇੱਕ ਹੀ ਤਰ੍ਹਾਂ ਦੇ ਸਾਰੇ ਘਰ ਨੇ ਨਾਲ ਨਾਲ ਜੁੜੇ ਹੋਏ ਜੁੜੇ। ਦਰਸ਼ਨੀ ਜੋੜੀ ਓਕੇ, ਥੈਂਕ ਯੂ, ਆਰ ਯੂ ਵਾਚਿੰਗ ਫ੍ਰੋਮ ਅਲਾਸਕਾ? ਹਾਂ ਵੀਰ ਜੀ, ਆਈ ਵਿਲ ਬੀ ਕਮ ਇਨ ਯੂ ਐਸ ਏ, ਦੈਨ ਆਈ ਵਿਲ ਬੀ ਮੀਟ ਯੂ ਇਨ ਅਲਾਸਕਾ, ਓਕੇ। ਐਂਡ ਫਸਟ ਐਂਡ ਆਫ ਦਾ ਵੀਡੀਓ ਆਈ ਵਾਂਟ ਟੂ ਸ਼ੋ ਸਮ ਮੋਰ ਆਰਟੀਫੈਕਟਸ ਆਫ ਦਾ ਹਿਸਟੋਰੀਕਲ ਬਿਲਡਿੰਗਸ। ਦਿਸ ਇਜ਼ ਅ ਕਿਹੜਾ ਮੁਹੱਲਾ ਜੀ, ਇਹ ਪੂਰਾ ਪੁਰਾਣਾ ਜੀ, ਪਹਿਲਾ ਕੋਟਲਾ ਬਾਜ਼ਾਰ ਔਰ ਦੂਸਰਾ ਇਹਦਾ ਨਾਮ ਜਿਹੜਾ ਜੀ, ਇਹ ਪੁਰਾਣਾ ਜਿਹੜਾ ਸਰਾਫਾ ਬਾਜ਼ਾਰ ਹੈ ਜੀ, ਗੋਲਡ ਸਮਿਥ ਮਾਰਕੀਟ, ਯਾਨੀ ਕਿ ਕਹਿ ਲਓ ਤੁਸੀਂ ਇਹ ਮਾਰਕੀਟ ਔਰ ਦੂਜਾ ਘਰ ਜਿਹੜਾ, ਔਰ ਉਹ ਗੁਰੂ ਖੰਡਾ ਇੱਕ ਓਨਕਾਰ। ਓ ਥੈਂਕ ਯੂ ਸ਼ੇਬ ਰਜ਼ਾ, ਥੈਂਕ ਯੂ, ਥੈਂਕਸ ਆਲ ਆਫ ਯੂ। ਤਾਂ ਉਮੀਦ ਕਰਦਾ ਹਾਂ ਕਿ ਅੱਜ ਦੀ ਜਿਹੜੀ ਖੋਜ ਹੈ ਉਹਦੇ ਵਿੱਚ ਤੁਹਾਨੂੰ ਅੱਛੀ ਲੱਗੀ ਹੋਏਗੀ। ਪ੍ਰੀ ਪਾਰਟੀਸ਼ਨ ਦੀਆਂ ਕੁਛ ਦੁਕਾਨਾਂ ਤੁਹਾਨੂੰ ਦਿਖਾਉਣਾ ਚਾਹਾਂਗਾ। ਪੂਰਾ ਬਾਜ਼ਾਰ ਜਿਹੜਾ ਬਹੁਤ ਨੈਰੋ ਕਿਸਮ ਦਾ ਬਾਜ਼ਾਰ ਹੈ, ਬਹੁਤ ਤੰਗ ਗਲੀਆਂ ਨੇ। ਇਹ ਤੁਸੀਂ ਦੇਖੋ ਸ਼ੋਪਸ ਜਿਹੜੀਆਂ ਨੇ ਪੁਰਾਣੀਆਂ, ਉਹਨਾਂ ਦੀ ਐਂਟਰੈਂਸ ਹੈ, ਸਾਹਮਣੇ ਇੱਕ ਕਾਰ ਹੈ, ਉਹਦਾ ਬਲਕਿ ਦੁਕਾਨ ਹੈ ਜਾਂ ਕਾਰ ਹੈ, ਲੇਕਿਨ ਉਹਦਾ ਦਰੀਚਾ ਜਿਹੜਾ ਉਹ ਦੇਖਣ ਵਾਲਾ ਹੈ, ਜਿਹਨੂੰ ਕਹਿੰਦੇ ਨੇ ਨਾ ਕਿ ਉਜੜ ਗਏ ਉਹ ਬਾਗ ਜਿਸਕੇ ਲਾਕੋ ਮਾਲੀ 'ਤੇ। ਇਹ ਲੋਕ ਔਰ ਇਹ ਵੇਖੋ ਤੁਸੀਂ, ਦੈਟਸ ਅਮੇਜ਼ਿੰਗ, ਟਰੂਲੀ 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 ਬਹਿਰਵੀ ਆਰਕੀਟੈਕਚਰ ਹੈ। My friend Dr. Dilvesh Singh Pannu from San Jose, that he says to me that you should be move toward Attock district and Kahwa, the Dharamshala Bhai Kanaiya Lal, Kanaiya Ji, try to my best ki main aaj unnu love ke niklaanga. Bahut soni
ਆਰਕੀਟੈਕਚਰ ਹੈ ਤੁਸੀਂ ਦੇਖੋ ਇਹ ਅੱਧੀ ਕੁ ਰਹਿ ਗਈ ਹੈ ਬਾਕੀ ਝਰੋਕਾ ਵੀ ਹੈ ਬਾਲਕਨੀ ਵੀ ਹੈ ਥੈਂਕ ਯੂ ਸੋ ਨਾਈਸ ਆਫ ਯੂ ਲਓ ਜੀ ਇਹ ਖਾਲੀ ਉਹੀ ਨਹੀਂ ਹੈ ਬਾਕੀ ਵੀ ਬੜਾ ਕੁਛ ਹੈ ਇਸ ਬਿਲਡਿੰਗ ਦੇ ਵਿੱਚ ਔਰ ਬਹੁਤ ਸੋਹਣਾ ਆਰਕੀਟੈਕਚਰ ਹੈ ਮੈਂ ਸਾਹਮਣੇ ਤੋਂ ਤੁਹਾਨੂੰ ਦਿਖਾਉਂਦਾ ਵਾਂ Here's a no any team. I'm all alone, one man army. ਠੀਕ ਹੈ ਜੀ ਬਹੁਤ ਜ਼ਿਆਦਾ ਸਾਰੇ ਲੋਕਾਂ ਦੀ ਗਲਤ ਫਹਿਮੀ ਹੁੰਦੀ ਹੈ ਕਿ ਦੇਰ ਇਜ਼ ਐਨੀ ਟੀਮ ਦੇਰ ਇਜ਼ ਅ ਨੋ ਐਨੀ ਟੀਮ ਵਿਦ ਮੀ ਆਮ ਆ ਜਸਟ ਅਲੋਨ ਸਾਈਨ ਕੋਸਾਈਨ ਨੋਟ ਟੈਲਿੰਗ ਐਨੀਥਿੰਗ ਬਿਕੋਜ਼ ਆਫ ਦੇਰ ਇਜ਼ ਅ ਨੋ ਐਨੀ ਸਕ੍ਰਿਪਟ ਉੱਥੇ ਤਾਂ ਕੁਛ ਵੀ ਨਹੀਂ ਲਿਖਿਆ ਨਹੀਂ ਹੋਇਆ ਥੈਂਕ ਯੂ ਜੀ ਮੈਂ ਕਹਾਂਗਾ ਇਹਨੂੰ ਨਾਲ ਪਲੀਜ਼ ਐਂਡ ਸ਼ੇਅਰ ਕਰਦੇ ਚਲੋ ਤਾਂ ਕਿ ਕੁਛ ਲੋਕ ਉਹ ਜਿਹੜੇ ਲੋਕ ਜਿਨ੍ਹਾਂ ਨੇ ਹਜ਼ਰੋ ਤੋਂ ਮਾਈਗ੍ਰੇਟ ਕਰਕੇ ਗਏ ਨੇ ਜਾਂ ਹਜ਼ਰੋ ਤੋਂ ਚੱਲੇ ਗਏ ਨੇ ਛੱਛ ਦੇ ਇਲਾਕੇ ਤੋਂ ਹੋ ਕੇ ਗਏ ਨੇ ਅਤੇ ਉਹ ਲੋਕ ਆਪਣੇ ਘਰਾਂ ਨੂੰ ਜਾਂ ਆਪਣੀ ਸ਼ੋਪਸ ਜਾਂ ਆਪਣੇ ਵੱਡਿਆਂ ਨੂੰ ਦੇਖ ਸਕਣ ਕੁਛ ਲੋਕਾਂ ਦੀਆਂ ਫੀਲਿੰਗਸ ਜਿਹੜੀਆਂ ਨੇ ਅੱਜ ਵੀ ਜੁੜੀਆਂ ਹੋਈਆਂ ਨੇ ਉਹਨਾਂ ਇਲਾਕਿਆਂ ਦੇ ਨਾਲ ਜਿੱਥੋਂ ਉਹ ਮਾਈਗ੍ਰੇਟ ਕਰਕੇ ਗਏ ਸਨ ਆਹ ਦੇਖੋ ਤੁਸੀਂ ਉਸ ਟਾਈਮ ਵੀ ਸੇਵਾ ਜਿਹੜੀ ਸੀ ਉਹ ਰੋਡ ਦੇ ਨਾਲ ਨਲਕਾ ਲਾ ਕੇ ਕੀਤੀ ਗਈ ਹੈ ਇਟਸ ਅ ਪਬਲੀਕੇਸ਼ਨ ਇਨ ਅ ਨੌਰਥ ਵੈਸਟ ਆਫ ਪੰਜਾਬ ਲੋਟ ਆਫ ਪਲੇਸਿਸ ਸਟਿਲ ਰਿਲੇਟਡ ਵਿਦ ਅ ਪੰਥ ਪੰਥ ਇਡ ਅ ਵੈਰੀ ਗੁੱਡ ਥਿੰਗਸ ਇਨ ਅ ਨੌਰਥ ਵੈਸਟਰਨ ਏਰੀਆਸ ਸਪੈਸ਼ਲੀ ਦ ਸਰੋਵਰ ਦ ਪੌਂਡ ਆਫ ਅ ਵਾਟਰ ਐਂਡ ਅਦਰ ਥਿੰਗਸ ਦੇਖੋ ਦੈਟਸ ਵੈਰੀ ਬਿਊਟੀਫੁਲ ਨਾ ਸੋਰੀ ਜੀ ਉੱਥੇ ਤਾਂ ਮੈਂ ਨਹੀਂ ਜਾ ਰਿਹਾ ਕਿਉਂਕਿ ਅੱਜ ਮੈਂ ਤੁਹਾਨੂੰ ਦੱਸਿਆ ਜਿਹੜੀ ਰਿਸਰਚ ਕਰਨ ਵਾਸਤੇ ਨਿਕਲਿਆ ਵਾਂ ਉਹ ਭਾਈ ਕਨਈਆ ਜੀ ਦੀ ਧਰਮਸ਼ਾਲ ਜਿਹੜੀ ਹੈ ਡੋਕ ਕੌਆ ਆਹ ਦੇਖੋ ਜ਼ਰਾ ਤੁਸੀਂ ਸ਼ੋਪ ਨੂੰ ਤਾਲਾ ਤਾਂ ਲੱਗਾ ਹੋਇਆ ਲੇਕਿਨ ਇਹਦੀ ਤੁਸੀਂ ਵੁੱਡ ਵਰਕ ਦੇਖੋ ਜ਼ਰਾ ਸੋ ਬਿਊਟੀਫੁਲ ਨਾ ਆਈ ਲਵ ਦੈਟ ਹਰ ਬਲੋਕ ਜਿਹੜਾ ਉਹ ਅਲੱਗ ਤੋਂ ਬਣਿਆ ਹੋਇਆ ਹੈ ਓਕੇ ਜੀ ਰੱਬ ਰੱਖਾ ਜੀ ਔਰ ਮੈਂ ਤੁਹਾਨੂੰ ਥੋੜ੍ਹਾ ਜਿਹਾ ਅੱਗੇ ਹੋਰ ਦਿਖਾ ਕੇ ਫਿਰ ਉਸ ਤੋਂ ਬਾਅਦ ਵਾਇੰਡ ਅਪ ਕਰਨਾ ਵੀਡੀਓ ਨੂੰ ਔਰ ਵੀਡੀਓ ਵਾਇੰਡ ਅਪ ਕਰਕੇ ਫਿਰ ਆਪਾਂ ਚੱਲਾਂਗੇ ਉਸ ਜਗ੍ਹਾ ਦੇ ਉੱਤੇ ਪਤਾ ਕੀਤਾ ਜੀ ਠੀਕ ਹੋ ਗਿਆ ਆਹ ਬਸ ਇਹ ਮੁਕੰਮਲ ਹੋ ਗਿਆ ਜੀ ਤਕਰੀਬਨ ਆਲਮੋਸਟ ਹਾਂਜੀ ਜੀ ਉਮੀਦ ਕਰਦਾ ਹਾਂ ਕਿ ਅੱਜ ਦਾ ਰਿਸਰਚ ਡੇ ਜਿਹੜਾ ਨਿਕਲਿਆ ਤਾਂ ਆਫਟਰਨੂਨ ਦੇ ਵਿੱਚ ਸੀ ਮੈਂ ਲੇਕਿਨ ਫਿਰ ਵੀ ਮੇਰੀ ਕੋਸ਼ਿਸ਼ ਹੈ ਕਿ ਮੈਂ ਕੋਈ ਚੀਜ਼ ਜਿਹੜੀ ਸੀ ਉਹ ਨਵੀਂ ਲੈ ਕੇ ਆਵਾਂ ਅਤੇ ਮੈਂ ਉਹਨਾਂ ਜਗ੍ਹਾ ਦੇ ਉੱਤੇ ਪਹੁੰਚਿਆ ਕਿ ਜਿਹੜਾ ਜਿਨ੍ਹਾਂ ਦਾ ਤਸਕਰਾ ਜਿਹੜਾ ਐਨਸਾਈਕਲੋਪੀਡੀਆਸ ਦੇ ਵਿੱਚ ਮਿਲਦਾ ਜਾਂ ਫਿਰ ਸਿੱਖ ਵਿਕੀ ਦੇ ਵਿੱਚ ਮੈਨੂੰ ਮਿਲਿਆ ਬਾਰ ਬਾਰ ਜਿਨ੍ਹਾਂ ਚੀਜ਼ਾਂ ਦਾ ਨਾਮ ਆਏਗਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ ਪਲੀਜ਼ ਰਿਕੁਐਸਟ ਹੈ ਕਿ ਫਿਰ ਲਾਇਕ ਐਂਡ ਸ਼ੇਅਰ ਥੈਂਕ ਯੂ ਸੋ ਨਾਈਸ ਆਫ ਯੂ